ਸਸਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਆਂ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੇ ਅਤੀ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਚਿੱਠੀ ਵਾਲੀ ਖਬਰ ਵੀ ਜਿਹੜੀ ਹੈ ਜਿਹੜੀ ਪ੍ਰਿਆੰਕਾ ਗਾਂਧੀ ਦੇ ਵੱਲੋਂ ਚਿੱਠੀ ਭੇਜੀ ਗਈ ਹੈ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਅੰਦਰ ਉਹ ਵੀ ਸਭ ਤੋਂ ਪਹਿਲਾਂ ਜਿਹੜੀ ਸਹੀ ਤੇ ਸਲੀਕ ਜਾਣਕਾਰੀ ਸਭ ਤੋਂ ਪਹਿਲਾਂ ਜਿਹੜੀ ਉਹ ਖਬਰ ਬ੍ਰੇਕ ਜਿਹੜੀ ਆ ਸਾਡੇ ਵੱਲੋਂ ਕੀਤੀ ਗਈ ਸੀ ਸਾਡੇ ਵੱਲੋਂ ਹੀ ਉਹ ਜਾਣਕਾਰੀ ਸਭ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਯੰਕਾ ਗਾਂਧੀ ਦੇ ਵੱਲੋਂ ਜੇਲ੍ਹ ਦੇ ਵਿੱਚ ਚਿੱਠੀ ਭੇਜੀ ਗਈ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਵੱਡੀ ਖਬਰ ਲੈ ਕੇ ਹਾਜ਼ਰਾਂ ਕਿ ਨਵਜੋਤ ਸਿੰਘ ਸਿੱਧੂ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ ਦੱਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ অতি ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀ ਨਵਜੋਤ ਸਿੰਘ ਸਿੱਧੂ ਦਾ 2024 ਚੋਣਾਂ ਲੜਨ ਦਾ ਕੋਈ ਵੀ ਜਿਹੜਾ ਵਿਚਾਰ ਨਹੀਂ ਹੈ ਹਾਲਾਂਕਿ ਉਹ ਪਾਰਟੀ ਦੇ ਲਈ ਕਾਂਗਰਸ ਦੇ ਲਈ ਜਰੂਰ ਜਿਹੜਾ ਉਹ ਕੰਮ ਕਰਨਗੇ 2024 ਚੋਣਾਂ ਦੇ ਲਈ ਪਾਰਟੀ ਨੂੰ ਚੋਣਾ ਵੀ ਲੜਾਉਣਗੇ ਅਤੇ ਪਾਰਟੀ ਦੀ ਮਦਦ ਵੀ 2024 ਚੋਣਾਂ ਦੇ ਲਈ ਕਰਨਗੇ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਉਹ ਹੋਣੀਆਂ ਨੇ ਉਹਨਾਂ ਦੇ ਵਿੱਚ ਪਾਰਟੀ ਦੀ ਮਦਦ ਕਰਨਗੇ ਪਾਰਟੀ ਲਈ ਪ੍ਰਚਾਰ ਕਰਨਗੇ ਜੋ ਵੀ ਜਿਹੜੀ ਹੈ ਪਾਰਟੀ ਡਿਊਟੀ ਲਾਏਗੀ ਨਵਜੋਤ ਸਿੰਘ ਸਿੱਧੂ ਉਹ ਜਿਹੜੀਆਂ ਡਿਊਟੀਆਂ ਨਿਭਾਉਣਗੇ ਪਰ ਖੁਦ ਨਵਜੋਤ ਸਿੰਘ ਸਿੱਧੂ ਦਾ 2024 ਚੋਣਾ ਲੜਨ ਦੇ ਬਾਰੇ ਕੋਈ ਵਿਚਾਰ ਨਹੀਂ ਹੈ ਤੇ ਨਾ ਹੀ ਉਹ ਚੋਣ ਲੜਨਗੇ ਦੱਸ ਦਈਏ ਕਿ ਕੱਲ ਤੋਂ ਚਰਚਾਵਾਂ ਸੀ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਜਿਹੜਿਆ 2024 ਮਿਸ਼ਨ ਇਸ ਕਰਕੇ ਗੱਲ ਕੀਤੀ ਜਾ ਰਹੀ ਹੈ ਕਿ ਖੁਦ ਸ਼ਾਇਦ ਨਵਜੋਤ ਸਿੰਘ ਸਿੱਧੂ 2024 ਦੇ ਲਈ ਚੋਣ ਮੈਦਾਨ ਦੇ ਵਿੱਚ ਨਤਰਨਗੇ ਪਰ ਇਹ ਅਤੀ ਪ੍ਰੋਸੈਜੋਗ ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ 2024 ਦੀਆਂ ਖੁਦ ਚੋਣਾ ਜਿਹੜਾ ਉਹ ਨਹੀਂ ਲੜਨਗੇ ਪਰ ਪਾਰਟੀ ਦੇ ਲਈ ਕੰਮ ਕਰਨਗੇ ਪ੍ਰਚਾਰ ਕਰਨਗੇ ਜੋ ਵੀ ਡਿਊਟੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਦੇ ਵੱਲੋਂ ਲਗਾਈ ਜਾਊਗੀ ਉਹ ਨਿਭਾਉਣਗੇ ਪਰ ਖੁਦ ਚੋਣ ਮੈਦਾਨ ਦੇ ਵਿੱਚ ਨਹੀਂ ਆਉਣਗੇ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਪੰਜਾਬ ਦੀ ਸਿਆਸਤ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਨੇ ਅਤੇ ਕੇਂਦਰ ਦੀ ਸਿਆਸਤ ਦੇ ਵਿੱਚ ਜਾਣ ਦਾ ਨਵਜੋਤ ਸਿੰਘ ਸਿੱਧੂ ਦਾ ਕੋਈ ਵੀ ਜਿਹੜਾ ਉਹ ਵਿਚਾਰ ਨਹੀਂ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਹੀ ਜਿਹੜਾ ਉਹ ਸਰਗਰਮ ਰਹਿਣਾ ਚਾਹੁੰਦੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਖੁਦ 2024 ਦੀਆਂ ਚੋਣਾਂ ਨਹੀਂ ਲੜਨਗੇ ਪਾਰਟੀ ਦੀ ਮਦਦ ਕਰਨਗੇ ਲੜਾਉਣਗੇ ਤੇ ਪਾਰਟੀ ਕਹਿੰਦੇ ਜੋ ਵੀ ਕਾਂਗਰਸ ਜਿਹੜੀ ਆ ਉਹਨਾਂ ਦੀ ਡਿਊਟੀ ਲਾਵੇਗੀ ਉਹ ਜ਼ਰੂਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਨਿਭਾਉਣਗੇ ਹਾਲਾਂਕਿ ਦੱਸ ਦਈਏ ਕਿ ਜਦੋਂ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਵਿੱਚ ਸੀ ਤਾਂ ਉਦੋਂ ਉਹਨਾਂ ਨੇ ਰਾਜ ਸਭਾ 2016 ਦੇ ਵਿੱਚ ਰਾਜ ਸਭਾ ਮੈਂਬਰੀ ਤੋਂ ਵੀ ਇਹ ਸੇ ਕਰਕੇ ਹੀ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀ ਕਿ ਉਹ ਚਾਹੁੰਦੇ ਸੀ ਕਿ ਉਹ ਪੰਜਾਬ ਦੀ ਸੇਵਾ ਕਰਨ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਾ ਤੇ ਪੰਜਾਬ ਦੇ ਮੁੱਦਿਆਂ ਤੇ ਹੀ ਜਿਹੜੇ ਆ ਉਹ ਕੰਮ ਕਰਨ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਭਾਜਪਾ ਨੂੰ ਕਿ ਮੈਨੂੰ ਹੁਣ ਜਿਹੜਾ ਉਹ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਨਾ ਭੇਜੋ ਮੈਂ ਪੰਜਾਬ ਦੀ ਸਿਆਸਤ ਇਹੀ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਹੀ ਸਰਗਰਮ ਰਹਿਣਾ ਚਾਹੁੰਦਾ ਪੰਜਾਬ ਦੀ ਸੇਵਾ ਤੇ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਜਿਹੜੀ ਆ ਉਹ ਕਰਨਾ ਚਾਹੁੰਦਾ ਹਾਂ ਤਾਂ ਇਸ ਕਰਕੇ ਜਦੋਂ ਭਾਜਪਾ ਦੇ ਨਾਲ ਉਹਨਾਂ ਦੀ ਸਹਿਮਤੀ ਨਾ ਬਣੀ ਇਸ ਪੂਰੇ ਮਾਮਲੇ ਤੇ ਤਾਂ ਉਹਨਾਂ ਨੇ ਰਾਜ ਸਭਾ ਮੈਂਬਰੀ ਤੋਂ ਜਿਹੜਾ ਉਸ ਸਮੇਂ 2016 ਦੇ ਵਿੱਚ ਦੇ ਦਿੱਤਾ ਸੀ ਯਾਨੀ ਕਿ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਦੇ ਲਈ ਪੰਜਾਬ ਦੀ ਹੀ ਸਿਆਸਤ ਦੇ ਵਿੱਚ ਸਰਗਰਮ ਰਹਿਣ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਉਹ ਉਸ ਸਮੇਂ 2016 ਦੇ ਵਿੱਚ ਭਾਜਪਾ ਦੀ ਰਾਜ ਸਭਾ ਮੈਂਬਰੀ ਤੋਂ ਜਿਹੜਾ ਉਹ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜਾ ਉਹ ਚਲੇ ਗਏ ਸੀ ਅਤੇ ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਪਟਿਆਲਾ ਜੇਲ੍ਹ ਤੋਂ ਸਭ ਤੋਂ ਵੱਡੀ ਖਬਰ ਜਿਹੜੀ ਇਹੀ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ 2024 ਚੋਣਾਂ ਜਿਹੜੀਆਂ ਨੇ ਉਹ ਖੁਦ ਨਹੀਂ ਲੜਨਗੇ ਇਹ ਵੀ ਦੱਸਦੀ ਹੈ ਕਿ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਆ ਉਹ 26 ਜਨਵਰੀ ਦੇ ਮੌਕੇ ਤੇ ਹੋ ਸਕਦੀ ਹੈ ਇਹ ਵੀ ਜਿਹੜੀ ਸਭ ਤੋਂ ਪਹਿਲਾਂ ਖਬਰ ਸਾਡੇ ਹੀ ਚੈਨਲ ਦੇ ਵੱਲੋਂ ਦਿਖਾਈ ਗਈ ਸੀ ਬਾਅਦ ਦੇ ਵਿੱਚ ਹੀ ਮੀਡੀਆ ਦੇ ਵਿੱਚ ਚਰਚਾਵਾ ਜਿਹੜੀਆਂ ਛਿੜੀਆਂ ਸੀ ਅਤੇ ਕੁਝ ਦਿਨ ਪਹਿਲਾਂ ਜਿਹੜੀ ਇਹ ਚਿੱਠੀ ਦੇ ਇਸ ਵਕਤ ਜਿਹੜੀ ਸਿਆਸਤ ਜਿਹੜੀ ਆ ਉਹ ਪੂਰੀ ਪਖੀ ਹੋਈ ਹੈ ਇਸ ਚਿੱਠੀ ਤੇ ਸਿਆਸਤ ਜਿਹੜੀ ਆ ਇਸ ਵਕਤ ਪੂਰਨ ਤਰੀਕੇ ਦੇ ਨਾਲ ਗਰਮਾਈ ਹੋਈ ਹੈ ਉਹ ਵੀ ਜਿਹੜੀ ਚਿੱਠੀ ਦੀ ਖਬਰ ਜਿਹੜੀ ਆ ਸਾਡੇ ਹੀ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਜਿਹੜੀ ਆ ਉਹ ਦਿਖਾਈ ਗਈ ਸੀ ਸਭ ਤੋਂ ਪਹਿਲਾਂ ਜਿਹੜੀ ਉਹ ਖਬਰ ਬ੍ਰੇਕ ਕੀਤੀ ਗਈ ਸੀ ਅਤੀ ਪ੍ਰੋਸਾਯੋਗ ਸੂਤਰਾਂ ਦੇ ਹਵਾਲੇ ਦੇ ਨਾਲ ਜਿਹੜੀ ਉਹ ਖਬਰ ਮਿਲੀ ਸੀ ਤੇ ਚਿੱਠੀ ਦੇ ਵਿੱਚ ਲਿਖਿਆ ਕੀ ਸੀ ਅਸੀਂ ਉਹ ਵੀ ਦੱਸਿਆ ਸੀ ਹਾਲਾਂਕਿ ਸੂਤਰ ਦੱਸਦੇ ਨੇ ਕਿ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਉਹ ਬਹੁਤਾ ਜਿਹੜਾ ਉਹ ਨਹੀਂ ਦੱਸ ਸਕਾਂਗੇ ਔਰ ਪਰ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਭੇਜੀ ਚਿੱਠੀ ਦੇ ਵਿੱਚ ਉਹ ਕੁਝ ਲਿਖਿਆ ਜਿਹੜਾ ਕੁਝ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਵਿਰੋਧੀ ਬੈਠੇ ਨੇ ਪਾਰਟੀ ਦੇ ਅੰਦਰ ਉਹਨਾਂ ਨੂੰ ਹਾਜ਼ਮ ਨਹੀਂ ਆਊਗਾ ਭਾਪਕੇ ਉਹ ਕੋਈ ਚਿੱਠੀ ਦੇ ਵਿੱਚ ਲਿਖਿਆ ਗਿਆ ਮੈਟਰ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਵਿਰੋਧੀਆਂ ਨੂੰ ਹਾਜ਼ਮ ਨਹੀਂ ਆਉਣਾ ਜਿਹੜੇ ਪਾਰਟੀ ਦੇ ਅੰਦਰ ਹੀ ਜਿਹੜੇ ਬੈਠੇ ਆ ਤਾਂ ਇਹ ਵੀ ਦੱਸਿਆ ਜਾ ਰਿਹਾ ਕੋਈ ਦਿੱਲੀ ਦਾ ਪ੍ਰਿਆੰਕਾ ਗਾਂਧੀ ਦਾ ਕੋਈ ਭਰੋਸੇਯੋਗ ਜਿਹੜਾ ਹੈ ਉਹ ਦਿੱਲੀ ਦਾ ਪ੍ਰਿਆੰਕਾ ਗਾਂਧੀ ਦਾ ਕੋਈ ਭਰੋਸੇਯੋਗ ਹੈ ਜਿਹੜਾ ਕਿ ਚਿੱਠੀ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਲਈ ਜੇਲ੍ਹ ਦੇ ਵਿੱਚ ਆਇਆ ਸੀ ਇਹ ਵੀ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਕਿ ਸ਼ਾਇਦ ਪੰਜਾਬ ਦਾ ਕੋਈ ਲੀਡਰ ਹੋਵੇ ਜਿਹੜਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਲਈ ਸ਼ਾਇਦ ਚਿੱਠੀ ਲੈ ਕੇ ਗਿਆ ਹੋਵੇ ਕੋਈ ਪੰਜਾਬ ਦਾ ਲੀਡਰ ਹੋਵੇ ਅਜਿਹੀਆਂ ਚਰਚਾਵਾਂ ਸੀ ਪਰ ਇਹ ਵੀ ਪਤਾ ਲੱਗਿਆ ਕਿ ਪੰਜਾਬ ਦਾ ਕੋਈ ਲੀਡਰ ਨਹੀਂ ਸੀ ਜਿਹੜਾ ਨਵਜੋਤ ਸਿੱਧੂ ਲਈ ਚਿੱਠੀ ਲੈ ਕੇ ਗਿਆ ਇਹ ਇਹੋ ਜੀ ਜਿਹੜੀ ਆ ਖਬਰ ਕੋਈ ਜਿਹੜੀ ਸਹੀ ਨਹੀਂ ਹੈ ਪਰ ਇਹ ਜ਼ਰੂਰ ਪਤਾ ਲੱਗਿਆ ਕਿ ਦਿੱਲੀ ਦਾ ਕੋਈ ਜਿਹੜਾ ਕੋਈ ਪ੍ਰਿਆੰਕਾ ਗਾਂਧੀ ਦਾ ਕੋਈ ਖਾਸ ਬੰਦਾ ਸੀਗਾ ਜਿਹੜਾ ਚਿੱਠੀ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਲਈ ਪਟਿਆਲਾ ਜੇਲ੍ਹ ਦੇ ਕੋਲ ਜਿਹੜਾ ਪਹੁੰਚਿਆ ਸੀਗਾ ਤਾਂ ਦਿੱਲੀ ਦਾ ਪ੍ਰਿਆੰਕਾ ਗਾਂਧੀ ਦਾ ਕੋਈ ਭਰੋਸੇਯੋਗ ਹੈ ਜਿਹੜਾ ਚਿੱਠੀ ਲੈ ਕੇ ਇੱਥੇ ਆਇਆ ਸੀ ਪੰਜਾਬ ਦਾ ਲੀਡਰ ਜਿਹੜਾ ਉਹ ਕੋਈ ਨਹੀਂ ਜਿਹੜੀਆਂ ਜਿਵੇਂ ਚਰਚਾਵਾਂ ਜਿਹੜੀਆਂ ਚੱਲੀਆਂ ਸੀ ਕੱਲ੍ਹ ਦੀਆਂ ਇਹ ਚਰਚਾਵਾਂ ਸੀ ਕਿ ਜਿਵੇਂ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਮਿਸ਼ਨ 2024 ਦੇ ਲਈ ਕੰਮ ਕਰਨਗੇ ਤਾਂ ਉਦੋਂ ਤੋਂ ਚਰਚਾਵਾਂ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਜਿਹੜੇ ਆ 2022 ਦੀਆਂ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਹੁਣ ਸ਼ਾਇਦ 2024 ਦੀਆਂ ਜਿਹੜੀਆਂ ਉਹ ਚੋਣਾਂ ਲੜਨਗੇ ਪਰ ਇੱਥੇ ਅਤੀ ਪ੍ਰੋਸਜੋਗ ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ 2024 ਦੀਆਂ ਚੋਣਾਂ ਨਹੀਂ ਲੜਨਗੇ ਪਰ ਹਾਂ ਪਾਰਟੀ ਦੀ ਜਿਹੜੀ ਆ ਉਹ ਮਦਦ ਜ਼ਰੂਰ ਕਰਨਗੇ ਪਾਰਟੀ ਦੇ ਪ੍ਰਚਾਰ ਵੀ ਕਹਿੰਦੇ ਜ਼ਰੂਰ ਕਰਨਗੇ ਕਾਂਗਰਸ ਦੇ ਲਈ ਜੋ ਵੀ ਕਾਂਗਰਸ ਜਿਹੜੀ ਆ ਉਹਨਾਂ ਦੀ ਡਿਊਟੀ ਲਾਊਗੀ ਉਹ ਨਵਜੋਤ ਸਿੰਘ ਸਿੱਧੂ ਜਿਹੜੀ ਆ ਉਹ ਜ਼ਰੂਰ ਨਿਭਾਉਣਗੇ ਪਰ ਖੁਦ ਨਵਜੋਤ ਸਿੰਘ ਸਿੱਧੂ ਜਿਹੜੇ ਆ 2024 ਦੀਆਂ ਚੋਣਾਂ ਦੇ ਵਿੱਚ ਪਾਰਟਿਸਪੇਟ ਨਹੀਂ ਕਰਨਗੇ ਦੱਸਦੀ ਹੈ ਕਿ ਜਦੋਂ ਤੋਂ ਚਿੱਠੀ ਦੀ ਖਬਰ ਜਿਹੜੀ ਆ ਉਹ ਫੈਲ ਰਹੀ ਸੀ ਤਾਂ ਉਦੋਂ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਮਿਲ ਸਕਦੀ ਹੈ ਇਹੋ ਜਿਹੇ ਕਿੱਸ ਰਹੇ ਆਂ ਜਿਹੜੀਆਂ ਚੱਲ ਰਹੀਆਂ ਸੀ ਹਾਲਾਂਕਿ ਚਿੱਠੀ ਦੇ ਵਿੱਚ ਅਜਿਹਾ ਕੁਝ ਲਿਖਿਆ ਜਾਂ ਨਹੀਂ ਲਿਖਿਆ ਇਹ ਤਾਂ ਸੂਤਰ ਸਾਨੂੰ ਨਹੀਂ ਦੱਸ ਸਕੇ ਪਰ ਸੂਤਰਾਂ ਨੇ ਇਹ ਗੱਲ ਜਿਹੜੀ ਆ ਜਰੂਰ ਦੱਸੀ ਹੈ ਕਿ ਚਿੱਠੀ ਦੇ ਵਿੱਚ ਉਹ ਕੁਝ ਲਿਖਿਆ ਜਿਹੜਾ ਪਾਰਟੀ ਦੇ ਵਿੱਚ ਬੈਠੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀਆਂ ਨੂੰ ਹਾਜ਼ਮ ਨਹੀਂ ਆਉਣਾ ਔਰ ਨਵਜੋਤ ਸਿੰਘ ਸਿੱਧੂ ਦੇ ਲਈ ਕੋਈ ਚਿੱਠੀ ਪੰਜਾਬ ਦਾ ਲੀਡਰ ਨਹੀਂ ਬਲਕਿ ਦਿੱਲੀੋਂ ਪ੍ਰਿਆੰਕਾ ਗਾਂਧੀ ਦਾ ਕੋਈ ਭਰੋਸੇਯੋਗ ਜਿਹੜਾ ਆਇਆ ਸੀ ਨਵਜੋਤ ਸਿੰਘ ਸਿੱਧੂ ਦੇ ਲਈ ਚਿੱਠੀ ਲੈ ਕੇ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਕੋਲ ਇਸ ਵਕਤ ਚਿੱਠੀ ਜਿਹੜੀ ਪਹੁੰਚੀ ਹੋਈ ਹੈ ਤਾਂ ਉਹ ਚਿੱਠੀ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਜਿਹੜੀ ਪੂਰਨ ਤਰੀਕੇ ਦੇ ਨਾਲ ਗਰਮਾ ਗਈ ਸੀ ਕਿਆਂ ਸਰਾਹੀਆਂ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ 24 ਦੇ ਲਈ ਕੋਈ ਵੱਡੀ ਜ਼ਿੰਮੇਵਾਰੀ ਜਾਂ 24 ਦੇ ਲਈ ਚੋਣ ਮੈਦਾਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਉਤਾਰਿਆ ਜਾ ਸਕਦਾ ਹੈ ਪਰ ਨਹੀਂ ਅਜੇ ਹੀ ਕੋਈ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਨਹੀਂ ਹੈ ਪਰ ਅਜੇ ਹੀ ਖਬਰ ਜਰੂਰ ਸਾਹਮਣੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਅਤੀ ਪ੍ਰੋਸਹਯੋਗ ਸੂਤਰਾਂ ਦੇ ਹਵਾਲੇ ਤੋਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ 2024 ਦੀਆਂ ਚੂਣਾ ਜਿਹੜੇ ਆ ਉਹ ਖੁਦ ਨਹੀਂ ਲੜਨਗੇ ਹਾਂ ਪਾਰਟੀ ਦੀ ਮਦਦ ਜਿਹੜੀ ਆ ਉਹ ਜ਼ਰੂਰ ਕਰਨਗੇ ਕਾਂਗਰਸ ਦੀ ਮਦਦ ਜਿਹੜੀ ਆ ਜ਼ਰੂਰ ਕਰਨਗੇ ਕਾਂਗਰਸ ਲਈ ਪ੍ਰਚਾਰ ਜਿਹੜਾ ਉਹ ਜ਼ਰੂਰ ਕਰਨਗੇ ਪਰ ਖੁਦ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਪਾਰਟਿਸਪੇਟ ਜਿਹੜਾ ਨਵਜੋਤ ਸਿੰਘ ਸਿੱਧੂ ਨਹੀਂ ਕਰਨਗੇ ਹੋਰ ਤਾਜ਼ਾ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਜਨਾ ਲੋਕਨਾਦ ਟੀਵੀ ਦੇ ਨਾਲ